ਅੱਜ ਆਪਣੇ ਫਰੈਂਡ ਪਲੂਰ ਡਾਕਟਰ ਗੁਰਸੇਵਕ ਸਿੰਘ ਟੋਨੀ ਉਹਨਾਂ ਦੇ ਘਰ ਅੱਜ ਰਾਤ ਨੂੰ ਮਾਤਾ ਰਾਣੀ ਦਾ ਹੈ ਜਗਰਾਤਾ। ਅਤੇ ਜਿਵੇਂ ਤੁਸੀਂ ਦੇਖ ਰਹੇ ਹੋ ਲੰਡਿਆਂ ਦੇ ਰਾਹ 'ਤੇ ਸਾਰੀ ਸੰਗਤ ਇੱਧਰ ਪਹੁੰਚੀ ਆ, ਕਿਉਂਕਿ ਜੋਤ ਆ ਰਹੀ ਹੈ ਮਾਤਾ ਜੀ ਦੀ, ਅਤੇ ਮਾਤਾ ਜੀ ਦੇ ਜੋਤ ਦੇ ਸੰਬੰਧ ਦੇ ਵਿੱਚ ਸਾਰੀ ਸੰਗਤ ਪਹੁੰਚੀ ਆ ਲੰਡਿਆਂ ਦੇ ਰਾਹ 'ਤੇ। ਅਤੇ ਇੱਥੋਂ ਜੋਤ ਆਊਗੀ ਅਤੇ ਫਿਰ ਸਾਰੀ ਸੰਗਤ ਨਾਲ ਜਾਊਗੀ। ਅਤੇ ਅੱਜ ਹੈਗਾ ਮਹਾਮਾਈ ਦਾ ਜਗਰਾਤਾ, ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਆਪਣੇ ਪਿੰਡ ਦੇ ਭਲੂਰ ਦੇ ਵਿੱਚ। ਡਾਕਟਰ ਗੁਰਸੇਵਕ ਸਿੰਘ ਟੋਨੀ ਬੜੀ ਸ਼ਰਧਾ ਭਾਵਨਾ ਦੇ ਨਾਲ ਜਗਰਾਤਾ ਕਰਾ ਰਹੇ ਨੇ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਮਾਤਾ ਰਾਣੀ ਸਾਰਿਆਂ 'ਤੇ ਮਿਹਰ ਕਰੇ, ਅਤੇ ਬੜੀ ਹੀ ਸੇਵਾ ਕਰਦੇ ਨੇ। ਅਤੇ ਹੁਣ ਇੱਧਰ ਸਾਹਮਣੇ ਦੇਖ ਰਹੇ ਹੋ ਵੀ ਜੋਤ ਆ ਗਈ ਹੈ ਮਾਤਾ ਰਾਣੀ ਦੀ, ਅਤੇ ਪਟਾਕਿਆਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ। ਅਤੇ ਇੱਧਰ ਫੁੱਲਾਂ ਦੀ ਬਾਰਿਸ਼ ਵੀ ਹੋਣੀ ਆ ਹੁਣ ਮਾਤਾ ਰਾਣੀ ਦੀ ਜੋਤ 'ਤੇ। ਅਤੇ ਸਭ ਦੀਆਂ ਮਨੋਕਾਮਨਾ ਭਾਵਨਾ ਮਾਤਾ ਰਾਣੀ ਸਭ 'ਤੇ ਮਿਹਰ ਕਰੇ ਕਿ ਬੜੀ ਸੰਗਤ ਪਹੁੰਚੀ ਹੈ। ਅਤੇ ਹੁਣ ਸੰਗਤ ਦੇ ਨਾਲ ਆ ਦੇਖੋ ਤੁਸੀਂ, ਸੰਗਤ ਫੁੱਲਾਂ ਦੇ ਨਾਲ ਸਵਾਗਤ ਕਰ ਰਹੀ ਹੈ ਮਹਾਮਾਈ ਦੀ ਜੋਤ ਦਾ। ਬੜੀ ਸ਼ਰਧਾ ਭਾਵਨਾ ਰੱਖਦੇ ਨੇ। ਅਤੇ ਅੱਜ ਰਾਤ ਨੂੰ ਜਗਰਾਤੇ ਦੇ ਵਿੱਚ ਪੂੜੀਆਂ ਛੋਲਿਆਂ ਦੇ ਲੰਗਰ ਅਤੇ ਜਲੇਬੀਆਂ ਦੇ ਲੰਗਰ ਵੀ ਲਗਾਏ ਜਾਣੇ ਨੇ। ਅਤੇ ਆ ਦੇਖੋ ਤੁਸੀਂ, ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਫੁੱਲਾਂ ਦੀ ਬਾਰਿਸ਼ ਕਰ ਰਹੀ ਹੈ। ਅਤੇ ਜ਼ਰੂਰ ਵੀਡੀਓ ਦੇ ਨਾਲ ਜੁੜੇ ਰਿਹਾ ਜੋ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ।
ਸੇਵਾਦਾਰ ਸੇਵਾ ਕਰ ਰਹੇ ਨੇ, ਪੂੜੀਆਂ ਛੋਲਿਆਂ ਦੇ ਲੰਗਰਾਂ ਦੀਆਂ, ਜਲੇਬੀਆਂ ਦੇ ਲੰਗਰ ਇੱਥੇ ਤਿਆਰ ਹੋ ਰਹੇ ਨੇ, ਅਤੇ ਇਧਰਲੀ ਸਾਈਡ ਬੀਬੀਆਂ ਭੈਣਾਂ ਸੇਵਾ ਕਰ ਰਹੀਆਂ ਨੇ ਪੂੜੀਆਂ ਦੀਆਂ, ਅਤੇ ਸਾਰਿਆਂ ਦੀ ਮਾਤਾ ਰਾਣੀ ਸੇਵਾ ਮਨਜ਼ੂਰ ਕਰੇ, ਲੇਖੇ ਲਾਵੇ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਅਤੇ ਬੜੀ ਵਧੀਆ ਸੇਵਾ ਕਰ ਰਹੇ ਨੇ, ਸਾਰੀ ਸੰਗਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੀ ਹੈ। ਪੂੜੀਆਂ ਅਤੇ ਛੋਲਿਆਂ ਦੇ ਲੰਗਰ ਇੱਧਰ ਚੱਲ ਰਹੇ ਨੇ, ਅਤੇ ਸੰਗਤਾਂ ਆ ਕੇ ਛਕ ਰਹੀਆਂ ਨੇ, ਬੜੀ ਜ਼ਿਆਦਾ ਸੰਗਤ ਇੱਥੇ ਪਹੁੰਚ ਰਹੀ ਹੈ, ਅਤੇ ਲੰਗਰ ਛਕ ਰਹੀ ਹੈ ਮਾਤਾ ਰਾਣੀ ਜੀ ਦਾ, ਅਤੇ 10-11 ਵਜੇ ਤੱਕ ਜਗਰਾਤਾ ਸ਼ੁਰੂ ਹੋਵੇਗਾ, ਅਤੇ ਹੁਣ ਇੱਧਰ ਸਾਰੀ ਸੰਗਤ ਛਕ ਰਹੀ ਹੈ ਜੀ ਪੂੜੀਆਂ ਅਤੇ ਛੋਲਿਆਂ ਦਾ ਲੰਗਰ। ਠੀਕ ਹੈ ਠੀਕ ਹੈ ਵੀਰੇ, ਲੈ ਬਾਈ ਮੰਗੋ ਜੀ ਮੰਗੋ ਜੀ, ਧੰਨਵਾਦ। ਚੜ ਗਏ ਮੇਰੀ ਅੰਬੇ ਹੋ ਰਹੀ ਹੈ ਜੈ ਜੈ
ਵਿੱਚ ਆਰਤੀ ਜੈ ਮਾਂ, ਉਹਦੇ ਦੀਆਂ ਜੋਤਾਂ ਵਾਲੀ ਆਰਤੀ ਜੈ ਮਾਂ, ਉੱਤੇ ਮੰਦਰਾਂ ਵਾਲੀ ਵਧਾਈਆਂ ਪੁੱਤਾਂ ਨੂੰ ਵਧਾਈਆਂ ਜੀ, ਵਧਾਈਆਂ ਪੁੱਤਾਂ ਨੂੰ ਵਧਾਈਆਂ ਜੀ, ਵਧਾਈਆਂ ਤੁਮੀ ਤੈਨੂੰ ਵਧਾਈਆਂ ਜੀ, ਵਧਾਈਆਂ ਤੁਮੀ ਤੈਨੂੰ ਵਧਾਈਆਂ ਜੀ, ਵਧਾਈਆਂ ਤੈਨੂੰ ਵਧਾਈਆਂ।